ਸਤਿਕਾਰ ਨਮਸਕਾਰ ਆਦਾਬ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਅੱਜ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਅਸੀਂ ਤੁਹਾਨੂੰ ਕੁਝ ਤਸਵੀਰਾਂ ਵੀ ਦਿਖਾਵਾਂਗੇ ਕੁਝ ਲੋਕਾਂ ਨਾਲ ਵੀ ਮਿਲਵਾਵਾਂਗੇ ਔਰ ਕੁਝ ਫਰੈਂਚਾਈਜ਼ੀ ਓਨਰਸ ਨਾਲ ਮਿਲਾਵਾਂਗੇ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਇੱਕ ਆਪਣੀ ਹੀ ਫਰੈਂਚਾਈਜ਼ੀ ਹੋਂਦ ਦੇ ਵਿੱਚ ਆਈ ਹੈ ਨਾਰਥ ਅਮਰੀਕਾ ਦੇ ਵਿੱਚ ਜੋ ਕਿ ਮੱਲਾ ਮਾਰ ਰਹੀ ਹੈ ਕੈਲੀਫੋਰਨੀਆ ਤੋਂ ਸ਼ੁਰੂਆਤ ਹੋਈ ਇਸ ਫਰੈਂਚਾਈਜ਼ੀ ਦੀ ਹੁਣ ਟ੍ਰਾਈ ਸਟੇਟ ਪਹੁੰਚ ਚੁੱਕੀ ਹੈ ਈਸਟ ਕੋਸਟ ਪਹੁੰਚ ਚੁੱਕੀ ਹੈ ਔਰ ਵੱਖ ਵੱਖ ਸਟੇਟਾਂ ਦੇ ਵਿੱਚ ਜਾ ਕੇ ਆਪਣਾ ਟੇਸਟ ਦੇ ਰਹੀ ਹੈ ਔਰ ਕਹਿ ਸਕਦੇ ਹਾਂ ਖੁਦ ਆਪ ਪੰਜਾਬੀਆਂ ਦੀ ਫਰੈਂਚਾਈਜ਼ੀ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਸ਼ਿਕਾਗੋ ਪੀਜ਼ਾ ਦੀ ਅੱਜ ਜਸ ਪੰਜਾਬੀ ਦੀ ਟੀਮ ਪਹੁੰਚੀ ਹੈ ਜੀ ਨਿਊਯਾਰਕ ਫਲੋਰਲ ਪਾਰਕ ਜਿੱਥੇ ਆਪਾਂ ਬਿਜ਼ਨਸ ਆਫ ਦਾ ਵੀਕ ਕਰਾਂਗੇ ਸ਼ਿਕਾਗੋ ਪੀਜ਼ਾ ਵਿਦ ਅ ਟੂਰਿਸਟ ਫਲੋਰਲ ਪਾਰਕ ਦੇ ਵਿੱਚ ਜਿੱਥੇ ਅੱਜ ਗ੍ਰੈਂਡ ਓਪਨਿੰਗ ਹੈਗੀ ਹੈ ਔਰ ਇਹ ਦੂਜਾ ਆਊਟਲੈਟ ਨਿਊਯਾਰਕ ਦੇ ਵਿੱਚ ਹੁਣ ਕਿਤਾਬਾਂ ਦੇ ਵਿੱਚ ਲਿਖਿਆ ਜਾਏਗਾ ਕਿਉਂਕਿ ਪਹਿਲਾ ਜਿਹੜਾ ਆਊਟਲੈਟ ਸੀਗਾ ਉਹ ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ ਖੋਲ੍ਹਿਆ ਗਿਆ ਸੀਗਾ ਚਾਰ ਦੋਸਤ ਚਾਰ ਭਰਾ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਅਸੀਂ ਈਸਟ ਕੋਸਟ ਦੇ ਵਿੱਚ ਉਸ ਪੰਜਾਬੀ ਫਰੈਂਚਾਈਜ਼ੀ ਨੂੰ ਲੈ ਕੇ ਆਈਏ ਔਰ ਜਿਹਦੀ ਸ਼ੁਰੂਆਤ ਨਿਊਯਾਰਕ ਤੋਂ ਹੋਈ ਅੱਜ ਮੈਂ ਉਹਨਾਂ ਨਾਲ ਤੁਹਾਨੂੰ ਮਿਲਾਵਾਂਗਾ ਉਹ ਚਾਰੋ ਫਰੈਂਚਾਈਜ਼ੀ ਓਨਰਸ ਜਿਨ੍ਹਾਂ ਦਾ ਸੁਪਨਾ ਸਾਕਾਰ ਹੁੰਦਾ ਹੋਇਆ ਜਾ ਰਿਹਾ ਨਿਊਯਾਰਕ ਦੇ ਵਿੱਚ ਇੱਕ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਦੂਜੀ ਤੋਂ ਬਾਅਦ ਹੁਣ ਤੀਜੀ ਚੌਥੀ ਪੰਜਵੀਂ ਕਿਹੜੀ ਕਿਹੜੀ ਲੋਕੇਸ਼ਨਸ ਕਿੱਥੇ ਕਿੱਥੇ ਆਉਣਗੀਆਂ ਤੁਹਾਨੂੰ ਜ਼ਰੂਰ ਦੱਸਦੇ ਰਹਾਂਗੇ ਲੇਕਿਨ ਦੂਜੀ ਲੋਕੇਸ਼ਨ ਹੁਣ ਫਲੋਰਲ ਪਾਰਕ ਦੇ ਵਿੱਚ ਆ ਚੁੱਕੀ ਹੈ ਔਰ ਜ਼ਮੀਨੀ ਪੱਧਰ 'ਤੇ ਖੁੱਲ੍ਹ ਚੁੱਕੇ ਹੈ ਫਲੋਰਲ ਪਾਰਕ ਦੇ ਵਿੱਚ ਸ਼ਿਕਾਗੋ ਪੀਜ਼ਾ ਮੇਰੇ ਨਾਲ ਸ਼ਾਹਜੀ ਭਾਅ ਜੀ ਕੇ ਜੀ ਭਾਅ ਜੀ ਮਾਨ ਭਾਅ ਜੀ ਕੁਲਦੀਪ ਭਾਅ ਜੀ ਚਾਰੋ ਦੋਸਤਾਂ ਚਾਰੋ ਭਰਾਵਾਂ ਦੀ ਜੋੜੀ ਜੋ ਮਰਜ਼ੀ ਕਹੀਏ ਲੇਕਿਨ ਉਹੀ ਚਾਰ ਫੇਸ ਨੇ ਜਿਨ੍ਹਾਂ ਨੇ ਈਸਟ ਕੋਸਟ ਦੇ ਵਿੱਚ ਇਸ ਫਰੈਂਚਾਈਜ਼ੀ ਨੂੰ ਹੋਂਦ ਦੇ ਵਿੱਚ ਲੈ ਕੇ ਆਉਂਦਾ ਅਤੇ ਵਿਦ ਅ ਟਵਿਸਟ ਸ਼ਿਕਾਗੋ ਪੀਜ਼ਾ ਹੁਣ ਟਵਿਸਟ ਦੇ ਨਾਲ ਫਲੋਰ ਪਾਰਕ ਦੇ ਵਿੱਚ ਖੁੱਲ੍ਹਣ ਜਾ ਰਿਹਾ ਅੱਜ ਇਸ ਗ੍ਰੈਂਡ ਓਪਨਿੰਗ ਦੇ ਵਿੱਚ ਚਾਰੋ ਕੀ ਕਹਿਣਾ ਚਾਹੁੰਗੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਸ਼ਾਹਜੀ ਹੋਰਾਂ ਨਾਲ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜਸ ਪੰਜਾਬੀ ਦਾ ਧੰਨਵਾਦ ਕਰਦਾ ਅਤੇ ਸਾਡੀ ਜਿਹੜੀ ਲੋਕੇਸ਼ਨ ਆ ਫਲੋਰਲ ਪਾਰਕ ਵਾਲੀ ਆ 259/07 ਹਿਲਸਾਈਡ ਐਵਨਿਊ ਫਲੋਰ ਪਾਰਕ ਵਿੱਚ ਖੁੱਲ੍ਹਣ ਜਾ ਰਹੀ ਆ ਅੱਜ ਗ੍ਰੈਂਡ ਓਪਨਿੰਗ ਆ ਪਹਿਲੀ ਸਾਡੀ ਲੋਕੇਸ਼ਨ ਹੈਗੀ ਆ ਰਿਚਮੰਡ ਹਿੱਲ 117/02 ਅਟਲਾਂਟਿਕ ਐਵਨਿਊ ਅਸੀਂ ਬਹੁਤ ਬਹੁਤ ਖੁਸ਼ ਹਾਂ ਵੀ ਸਾਡੀ ਜਿਹੜੀ ਫਸਟ ਲੋਕੇਸ਼ਨ ਆ ਬਹੁਤ ਜ਼ਿਆਦਾ ਕਾਮਯਾਬ ਆ ਅਤੇ ਬੜੀ ਆਸ ਰੱਖਦੇ ਹਾਂ ਵੀ ਇਹ ਵੀ ਲੋਕੇਸ਼ਨ ਪਰਮਾਤਮਾ ਕਿਰਪਾ ਕਰੇ ਚੜ੍ਹਦੀਆਂ ਕਲਾਂ ਦੇ ਵਿੱਚ ਮਤਲਬ ਬਖਸ਼ੇ ਅਤੇ ਬਹੁਤ ਵਧੀਆ ਰਿਸਪੋਂਸ ਹੈ ਅਤੇ ਬਹੁਤ ਜ਼ਿਆਦਾ ਮਤਲਬ ਉਮੀਦ ਰੱਖਦੇ ਹਾਂ ਵੀ ਮਤਲਬ ਬਹੁਤ ਵਧੀਆ ਸਕਸੈਸ ਹੋਵਾਂਗੇ ਇੱਥੇ ਜੀ ਇਹ ਵੀ ਭਾਅ ਜੀ ਕਿੱਦਾਂ ਕਿਵੇਂ ਲੱਗ ਰਹੇ ਆ ਅੱਜ ਦੂਜੀ ਲੋਕੇਸ਼ਨ ਹੋ ਗਈ ਜ਼ਮੀਨੀ ਪੱਧਰ 'ਤੇ ਆ ਗਈ ਗਰਾਊਂਡ ਲੈਵਲ ਉਹ ਤਾਂ ਐਕਸ਼ਨ ਸਪੀਕਸ ਇਟਸੈਲਫ ਰਾਈਟ ਸਾਡੀ ਬਾਡੀ ਲੈਂਗੁਏਜ ਤੋਂ ਪਤਾ ਲੱਗਣਾ ਚਾਹੀਦਾ ਵੀ ਆਪਾਂ ਬਹੁਤ ਖੁਸ਼ ਹਾਂ ਰਿਸਪੋਂਸ ਬਹੁਤ ਵਧੀਆ ਗ੍ਰੈਂਡ ਓਪਨਿੰਗ ਆ ਐਵਰੀਬਾਡੀ ਤੁਹਾਡੇ ਜਿੰਨੇ ਆਡੀਅੰਸ ਆ ਜਿਹੜੇ ਦੇਖ ਰਹੇ ਨੇ ਆਉਣ ਟੇਸਟਿੰਗ ਕਰਨ ਐਂਡ ਰਿਸਪੋਂਸ ਦੇਣ ਕਮੀਆਂ ਦੱਸਣ ਸਾਨੂੰ ਜਿਸ ਕੇ ਕਮੀਆਂ ਨੂੰ ਸੁਧਾਰਾਂਗੇ ਐਂਡ ਵੀ ਨਾ ਗੋਨਾ ਸਟਾਪ ਹੇਅਰ ਵੀ ਗਾ ਨਿਊਯਾਰਕ ਸਟੇਟ ਵੀ ਗੋਨਾ ਸਟਾਰਟ ਫਰੋਮ ਹੇਅਰ ਫਾਈਵ ਬੋਰਰਸ ਲੌਂਗ ਆਈਲੈਂਡ ਐਂਡ ਵੀ ਗੋਨਾ ਗੋ ਆਲ ਦ ਵੇ ਅਪ ਟੂ ਦ ਬਫਲੋ ਵੀ ਗੋਨਾ ਟੱਚ ਕੈਨੇਡਾ ਵੈਰੀ ਸੂਨ ਬੈਸਟ ਆਫ ਲੱਕ ਵੀ ਵਿਸ਼ ਯੂ ਬੈਸਟ ਆਫ ਲੱਕ ਫਰੋਮ ਜਸਟ ਪੰਜਾਬੀ ਜਿਵੇਂ ਜਿਵੇਂ ਲੋਕੇਸ਼ਨ ਖੁੱਲ੍ਹ ਰਹੀ ਹੈ ਸਾਡੇ ਨਾਲ ਭਰਾ ਨੇ ਮਾਨ ਭਾਅ ਜੀ ਉਹਨਾਂ ਦੀ ਮੁੱਛਾਂ ਵੀ ਤਿੱਖੀਆਂ ਹੁੰਦੀਆਂ ਜਾ ਰਹੀਆਂ ਔਰ ਦੂਜੀ ਲੋਕੇਸ਼ਨ ਦੇ ਉੱਤੇ ਕੀ ਕਹਿਣਾ ਚਾਹਣਗੇ ਉਹ ਥੈਂਕ ਯੂ ਭਾਅ ਜੀ ਦੂਜੀ ਲੋਕੇਸ਼ਨ ਅੱਜ ਖੋਲ੍ਹੀ ਆ ਆਲਮੋਸਟ ਲਾਸਟ ਨਵੰਬਰ ਤੋਂ ਅਸੀਂ ਉਡੀਕ ਕਰ ਰਹੇ ਸੀ ਵੀ ਕਿੱਦਣ ਓਪਨ ਹੋਵੇ ਬਟ ਫਾਈਨਲੀ ਚਲੋ ਅੱਜ ਦਿਨ ਆ ਗਿਆ ਅਤੇ 23rd 'ਤੇ ਆਪਾਂ ਇਹਨੂੰ ਓਪਨ ਕੀਤਾ ਆ ਅਤੇ ਸਾਰੇ ਅਸੀਂ ਖੁਸ਼ ਹਾਂ ਅਤੇ ਅਸੀਂ ਚਾਹੁੰਦੇ ਹਾਂ ਆਓ ਟਰਾਈ ਕਰੋ 259/07 ਹਿਲਸਾਈਡ ਐਵਨਿਊ ਅਤੇ ਜਿੱਦਾਂ ਸਾਨੂੰ ਰਿਚਮੰਡ ਪਿਆਰ ਦਿੱਤਾ ਉਸ ਨਾਲ ਸਾਨੂੰ ਇੱਥੇ ਹਿਲਸਾਈਡ ਵਾਲੀ ਲੋਕੇਸ਼ਨ ਜਿਹੜੀ ਫਲੋਰ ਪਾਰਕ ਆ ਉਹਨੂੰ ਵੀ ਦਿਓ ਥੈਂਕ ਯੂ ਕੁਲਦੀਪ ਭਾਅ ਜੀ ਕਹਿੰਦੇ ਜੇਕਰ ਸੁਪਨੇ ਸੋਚੋ ਤਾਂ ਸਾਕਾਰ ਹੁੰਦੇ ਆ ਅਤੇ ਹੁਣ ਦੂਜੀ ਲੋਕੇਸ਼ਨ ਦੇ ਨਾਲ ਸੁਪਨੇ ਸਾਕਾਰ ਹੋਏ ਹਾਂਜੀ ਭਾਅ ਜੀ ਹੋਏ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਹਿਗੁਰੂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹਨੇ ਕਿ ਸਾਨੂੰ ਪਹਿਲੀ ਲੋਕੇਸ਼ਨ ਵਿੱਚ ਬਹੁਤ ਜ਼ਿਆਦਾ ਕਾਮਯਾਬੀ ਬਖਸ਼ੀ ਅਤੇ ਜਿਹਦੇ ਉਤਸ਼ਾਹ ਦੇ ਨਾਲ ਅਸੀਂ ਸੈਕਟ ਲੋਕੇਸ਼ਨ ਖੋਲ੍ਹਣ ਦਾ ਬੰਨ ਸੋਚਿਆ ਹੁਣ ਸਾਡੀ ਇਹ ਸੈਕਟ ਲੋਕੇਸ਼ਨ ਖੁੱਲ੍ਹ ਰਹੀ ਆ ਇਸ ਦਾ ਵਾਹਿਗੁਰੂ ਕਰੇ ਅਤੇ ਬਹੁਤ ਸੋਹਣਾ ਹੀ ਰਿਸਪੋਂਸ ਮਿਲੇਗਾ ਚਲੋ ਜੀ ਹੁਣ ਪਹੁੰਚ ਗਿਆ ਆਪਾਂ ਐਂਟਰੈਂਸ ਗੇਟ 'ਤੇ ਔਰ ਜਾ ਕੇ ਦੇਖਦੇ ਹਾਂ ਕਿ ਇਸ ਫਰੈਂਚਾਈਜ਼ੀ ਦੀ ਕੀ ਖਾਸੀਅਤ ਹੈ ਔਰ ਕਿਵੇਂ ਇਹ ਵੱਖਰਾ ਹੈਗਾ ਦੂਜੀ ਫਰੈਂਚਾਈਜ਼ੀ ਰਿਚਮੰਡ ਤੋਂ ਆਓ ਚਲੀਏ ਤਾਂ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
चलो जी हुण आपां आ गए अंदर और अंदर जिहड़ा माहौल है तुसीं वेख सकदे हो कि इत्थे फाइन डाइन जिहड़ा रेस्टोरेंट है वह बेसिकली वह उसारिया गया तो नाल ही इत्थे बैठन का भी इंतजाम हैगा तो तुसीं आ सकदे हो तो नाल तुसीं फाइन डाइन जे तरीके नाल खाना चाहुंदे हो अपने फैमिली फ्रेंड्स रिलेटिव्स नूं लिया सकदे हो बर्थडे पार्टी जिक्र करना चाहुंदे हो उहदे भी इत्थे इंतजाम किए गए हैं। स्टाफ पूरा प्रोफेसनल हैगा फ्रेंचाइजी इस फ्रेंचाइजी का शिकागो पिज़्ज़ा का तो ग्रैंड ओपनिंग दे विच अज फैमिली फ्रेंड्स फ्रेंचाइजी ओनर्स इत्थे पहुँचे हुए हैं जो कि आनंद माण रहे हैं पिज़्ज़ा का वख वख वरायटी इत्थे पिज़्ज़ा की जिहड़ी आ रखी गई है तो होर की खासियत है इस फ्रेंचाइजी की वह भी जानने की कोशिश करांगे अज बिजनेस ऑफ द वीक दे विच। ਸਾਡੇ ਜ਼ਿਹਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਸ਼ਿਕਾਗੋ ਪੀਜ਼ਾ ਕੀ ਇਹ ਅਮੈਰੀਕਨ ਬ੍ਰੈਂਡ ਆ? ਬ੍ਰੈਂਡ ਤਾਂ ਅਮੈਰੀਕਨ ਹੀ ਹੈ ਬਟ ਯੈਸ ਡੈਫੀਨੇਟਲੀ ਟਵਿਸਟ ਔਰ ਟੇਸਟ ਤੁਹਾਡਾ ਆਪਣਾ ਆਪ ਦੇਸੀ ਔਰ ਸਾਨੂੰ ਲੱਗਦਾ ਕਿ ਜੇਕਰ ਅਸੀਂ ਇਹ ਖੋਲ੍ਹਣਾ ਚਾਹੁੰਦੇ ਹਾਂ ਤਾਂ ਸਾਨੂੰ ਤਾਂ ਕੁਝ ਇਸ ਬਾਰੇ ਨੌਲੇਜ ਹੀ ਨਹੀਂ ਹੈ ਬਟ ਇਹ ਫਰੈਂਚਾਈਜ਼ੀ ਜਿਹੜੀ ਹੈ ਪੂਰੀ ਪ੍ਰੋਫੈਸ਼ਨਲ ਹੈ ਤੁਹਾਨੂੰ ਕਾਰਪੋਰੇਟ ਦੀ ਤਰਫੋਂ ਟ੍ਰੇਨਿੰਗ ਬਕਾਇਦਾ ਮਿਲਦੀ ਹੈ ਤੁਹਾਨੂੰ 4 ਵੀਕ ਦੀ 6 ਵੀਕ ਦੀ ਤੁਸੀਂ ਟ੍ਰੇਨਿੰਗ ਲੈਂਦੇ ਹੋ ਉਸ ਤੋਂ ਬਾਅਦ ਜਦ ਤੁਸੀਂ ਬਿਲਕੁਲ ਪਰਫੈਕਟ ਹੋ ਜਾਂਦੇ ਹੋ ਦੈਨ ਦੇ ਡਿਸਾਈਡ ਕਿ ਤੁਸੀਂ ਹੁਣ ਫਰੈਂਚਾਈਜ਼ੀ ਖੋਲ੍ਹਣ ਲਾਇਕ ਹੋ ਕਿ ਨਹੀਂ। ਇਹ ਸਭ ਕੁਝ ਕੌਣ ਸੋਚਦਾ ਔਰ ਇਸ ਫਰੈਂਚਾਈਜ਼ੀ ਨੂੰ ਹੋਣ ਦੇ ਵਿੱਚ ਕੌਣ ਲੈ ਕੇ ਆਇਆ? ਤੁਹਾਨੂੰ ਅਸੀਂ ਹਮੇਸ਼ਾ ਦੱਸਿਆ ਅੱਜ ਵੀ ਸਾਡੇ ਨਾਲ ਮੁਖਾਤਿਬ ਨੇ ਹਰਪ੍ਰੀਤ ਦਈਆ ਦੇ ਨਾਲ ਹੈਪੀ ਭਾਅ ਜੀ ਹੋ ਰਹੀ ਜੋ ਕਿ ਹਰ ਫਰੈਂਚਾਈਜ਼ੀ ਜਦ ਵੀ ਓਪਨਿੰਗ ਹੁੰਦੀ ਹੈ ਤਾਂ ਉੱਥੇ ਖੁਦ ਆਪ ਗਰਾਊਂਡ ਲੈਵਲ 'ਤੇ ਪਹੁੰਚਦੇ ਹਨ ਵੇਖਦੇ ਹਨ ਔਰ ਇੱਥੇ ਲੋਕਾਂ ਦਾ ਟੇਸਟ ਕੀ ਹੈ ਇੱਥੇ ਲੋਕ ਕੀ ਜ਼ਿਆਦਾ ਐਂਬੀਅੰਸ ਦੇ ਵਿੱਚ ਆਉਂਦੇ ਹਨ ਤਾਂ ਕਾਰਪੋਰੇਟ ਦੀ ਤਰਫੋਂ ਬਕਾਇਦਾ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਔਰ ਸਮਝਾਇਆ ਵੀ ਜਾਂਦਾ ਫਰੈਂਚਾਈਜ਼ੀ ਓਨਰਸ ਨੂੰ। ਹਰਪ੍ਰੀਤ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੈਪੀ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਭਾਅ ਜੀ, ਅੱਜ ਇਸ ਫਲੋਰ ਪਾਰਕ ਦੀ ਓਪਨਿੰਗ ਦੇ ਵਿੱਚ ਕੀ ਖਾਸੀਅਤ ਤੁਹਾਨੂੰ ਲੱਗੀ ਐਂਡ ਇਹਦੀ USP ਕੀ ਹੋਏਗੀ? ਜੀ ਜਿਹੜਾ ਫਲੋਰਲ ਪਾਰਕ ਆ, ਜਿੱਦਾਂ ਨਿਊਯਾਰਕ ਦੇ ਰਹਿਣ ਵਾਲੇ ਨਿਵਾਸੀਆਂ ਨੂੰ ਸਾਰਿਆਂ ਨੂੰ ਪਤਾ ਵੀ ਫਲੋਰਲ ਪਾਰਕ ਦੇ ਵਿੱਚ ਆਪਣੀਆਂ ਬਹੁਤ ਫੈਮਿਲੀਜ਼ ਰਹਿੰਦੀਆਂ ਨੇ। ਹਾਈਡ ਪਾਰਕ ਇਟਸ ਅ ਵੈਰੀ ਡਿਵਰਸ ਏਰੀਆ ਕਿ ਜਿੱਥੇ ਆਪਣੀ ਸਾਰੀ ਕਮਿਊਨਿਟੀ ਇੰਡੀਅਨ, ਨਾਟ ਓਨਲੀ ਪੰਜਾਬੀ, ਆਪਣੀ ਇੰਡੀਅਨ ਕਮਿਊਨਿਟੀ, ਏਸ਼ੀਅਨ ਕਮਿਊਨਿਟੀ ਕਾਫੀ ਹੈ, ਸੋ ਇੱਥੇ ਕਾਫੀ ਡਿਮਾਂਡ ਸੀ। ਸੋ ਲੋਕੇਸ਼ਨ ਜਿਹੜੀ ਉਹਦਾ ਥੋੜ੍ਹਾ ਜਿਹਾ ਸਾਨੂੰ ਸੀਗਾ ਵੀ ਕਿ ਰਾਈਟ ਲੋਕੇਸ਼ਨ ਹੋਵੇ ਜਿੱਥੇ ਅਸੀਂ ਆਪਣੇ ਡਾਈਨਿੰਗ ਨੂੰ ਵੀ ਥੋੜ੍ਹਾ ਜਿਹਾ ਆਕੂਪੈਂਸੀ ਦੇ ਸਕੀਏ ਅਤੇ ਪਾਰਕਿੰਗ ਦਾ ਵੀ ਥੋੜ੍ਹਾ ਸਟਰਕਚਰ ਹੋਵੇ। ਸੋ ਇਹ ਵੈਰੀ ਨਾਈਸ ਲੋਕੇਸ਼ਨ, 25907 ਹਿੱਲ ਸਾਈਡ ਐਵੀਨਿਊ, ਸਾਰਿਆਂ ਨੂੰ ਪਤਾ ਨਿਊਯਾਰਕ ਦੇ ਵਿੱਚ। ਸੋ ਇਹਦਾ ਆਊਟਕਮ ਕਾਫੀ ਹੋਏਗਾ, ਇੱਥੋਂ ਸਾਨੂੰ ਪਤਾ ਹੈ ਕਿ ਇਸ ਤੋਂ ਬਾਅਦ ਸਾਡੀਆਂ ਹੋਰ ਲੋਕੇਸ਼ਨ ਵੀ ਨਿਕਲਣੀਆਂ ਨੇ, ਜਿਹੜੀਆਂ ਹਿਕਸਵੈਲ ਆ ਰਹੀਆਂ ਨੇ, ਵੈਲੀ ਸਟ੍ਰੀਮ, ਆਪਣੇ ਨੈਕਸਟ ਲੋਕੇਸ਼ਨ ਮੈਡੋਜ਼ ਆ ਰਹੀ ਆ ਮੌਲ ਦੇ ਕੋਲ। ਸੋ ਇਹ ਕਾਫੀ ਇਹਦਾ ਜਿਹੜਾ ਆਊਟਪੁੱਟ ਵਧੀਆ ਆਏਗੀ। ਇਹ ਜਿੱਦਾਂ ਤੁਸੀਂ ਇੱਥੇ ਦੇਖ ਰਹੇ ਹੋ, ਅੱਜ ਪਹਿਲੇ ਦਿਨ ਅਸੀਂ ਓਪਨਿੰਗ ਕੀਤੀ ਆ, ਅਜੇ ਕੋਈ ਮਾਰਕੀਟਿੰਗ ਨਹੀਂ ਗੀ ਮਾਊਥ ਟੂ ਵਰਡ। ਸੋ ਉਹਦੇ ਨਾਲ ਹੀ ਕਾਫੀ ਲੋਕਾਂ 'ਚ ਉਤਸਾਹ ਆ, ਨਾਲੇ ਅੱਜ ਇੱਥੇ ਸਾਨੀ ਆਲਮੋਸਟ 18 ਇੰਪਲੋਈ ਜਿਹੜੇ ਆ ਫਸਟ ਡੇ ਸਟਾਰਟਿੰਗ ਏ ਜੋਬ ਓਪਰਚੁਨਿਟੀ, ਸੋ ਦੈਟਸ ਅਨਦਰ ਪਲੱਸ। ਡੈਫੀਨੇਟਲੀ ਆਈ ਹੈਵ ਦਿਸ ਕੁਐਸਚਨ ਇਨ ਮਾਈ ਮਾਈਂਡ, ਦਿਸ ਇਜ਼ ਅ ਯੂਥ ਓਰੀਐਂਟਡ ਬੇਸਿਕਲੀ ਅ ਪ੍ਰੋਗਰਾਮ, ਯੂ ਕੈਨ ਸੇ ਅ ਬਿਜ਼ਨਸ ਪ੍ਰੋਗਰਾਮ ਫੋਰ ਯੂ ਗਾਇਸ, ਐਂਡ ਯੂਥ ਇਹਦੇ ਨਾਲ ਕਿਵੇਂ ਜੁੜ ਰਿਹਾ, ਜੋਬ ਕਿਵੇਂ ਕ੍ਰੀਏਟ ਹੋ ਰਹੀ ਆ, ਜੋਬਸ ਓਪਰਚੁਨਿਟੀ ਸਾਡੇ ਨਵੀਂ ਪਨੀਰੀ ਨੂੰ ਕਿਵੇਂ ਮਿਲ ਰਹੀ ਆ? ਸੋ ਦਿਸ ਇਜ਼ ਆਲਸੋ ਅ ਬਿਗ ਕੁਐਸਚਨ, ਬਟ ਡੈਫੀਨੇਟਲੀ ਆਈ ਹੈਵ ਵਨ ਰੀਪ੍ਰੈਜੈਂਟੇਟਿਵ ਇਫ ਯੂ ਆਰ ਟਾਕਿੰਗ ਅਬਾਊਟ ਯੂ, ਦੈਟ ਇਜ਼ ਹੈਪੀ ਭਾਅ ਜੀ। ਭਾਅ ਜੀ, ਯੂਥ ਓਰੀਐਂਟਡ ਪ੍ਰੋਗਰਾਮ ਹੈਗਾ, ਤੁਹਾਡੇ ਫਾਊਂਡਰਸ ਕਹਿ ਰਹੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਜੋਬਸ ਕ੍ਰੀਏਟ ਹੋਣ, ਸੋ ਵਟ ਯੂ ਥਿੰਕ? ਯੂ ਬੀਨ ਟੂ ਡਿਫਰੈਂਟ ਡਿਫਰੈਂਟ ਪਲੇਸਿਸ, ਡਿਫਰੈਂਟ ਡਿਫਰੈਂਟ ਆਊਟਲੈਟ, ਡਿਫਰੈਂਟ ਡਿਫਰੈਂਟ ਫਰੈਂਚਾਈਜ਼ਿਸ, ਵਟ ਯੂ ਥਿੰਕ ਅਬਾਊਟ ਦਿਸ ਫਰੈਂਚਾਈਜ਼ੀ ਐਂਡ ਵਟ ਇਜ਼ ਯੋਰ USP ਐਜ਼ ਇਨ ਯੂਥ ਓਰੀਐਂਟਡ ਪ੍ਰੋਗਰਾਮ? ਜਿੱਦਾਂ ਕਿ ਆਪਾਂ ਦੇਖ ਰਹੇ ਹਾਂ, ਆਪਾਂ ਸਾਰੇ ਯੂਥ ਆ, ਮੈਂ ਵੀ ਜਦੋਂ ਯੰਗ ਸੀਗਾ ਉਦੋਂ ਕੰਪਨੀ ਨਾਲ ਜੁੜਿਆ ਸੀਗਾ ਅਤੇ ਅੱਜ ਉਹਨਾਂ ਦੇ ਨਾਲ ਕੰਮ ਕਰ ਰਹੇ ਹਾਂ। ਸੋ ਸਾਨੂੰ ਆਲਮੋਸਟ 5 ਈਅਰ ਹੋ ਗਏ ਆ, ਸੋ ਅਸੀਂ 5 ਈਅਰ ਤੋਂ ਇਕੱਠੇ ਕੰਮ ਕਰ ਰਹੇ ਹਾਂ। ਸੋ ਜਿੰਨਾ ਜੇ ਦੇਖਿਆ ਵੀ ਯੂਥ ਨਾਲ ਜੁੜ ਰਿਹਾ, ਉਹਨਾਂ ਨੂੰ ਇੰਪਲੋਇਮੈਂਟ ਓਪਰਚੁਨਿਟੀ ਤਾਂ ਮਿਲਣੀ ਆ, ਅਤੇ ਜਿਹੜਾ ਉਹ ਜਿੱਦਾਂ ਵਿਹਲੇ ਨਹੀਂ ਰਹੂਗਾ ਕੋਈ ਵੀ ਆਪਣੇ ਨਾਲ ਜਦੋਂ ਵੀ ਹੈਗਾ। ਆਪਾਂ ਆਲਮੋਸਟ ਸਾਰੀਆਂ ਲੋਕੇਸ਼ਨਾਂ ਸਾਡੇ ਨਾਲ 18 to 25 ਤੱਕ ਏਜ ਦੇ ਕੰਮ ਕਰਦੇ ਆ। ਸੋ ਜੋਬਸ ਕਿਵੇਂ ਕ੍ਰੀਏਟ ਹੋ ਰਹੀ ਹੈ, ਜੋਬਸ ਓਪਰਚੁਨਿਟੀ ਸ਼ਿਕਾਗੋ ਪੀਜ਼ਾ ਦੇ ਨਾਲ ਜੁੜਨ ਦੇ ਨਾਲ ਕੀ ਹੋਏਗੀ, ਕਿਵੇਂ ਸਾਡੀ ਕਮਿਊਨਿਟੀ ਪ੍ਰੋਗਰੈਸਿਵ ਹੋਏਗੀ, ਉਹ ਕੀ ਸੋਚ ਸੀਗੀ ਫਾਊਂਡਰ ਹਰਪ੍ਰੀਤ ਧਈਆ ਹੋਰਾਂ ਦੀ, ਉਹ ਵੀ ਜਾਣ ਲੈਂਦੇ। ਹਾਂਜੀ ਭਾਅ ਜੀ, ਇਹ ਸਾਡੀ ਜਿਹੜੀ ਸੋਚ ਇੱਦਾਂ ਆ ਵੀ ਜਦੋਂ ਆਪਾਂ ਇੱਥੇ ਆਉਂਦੇ ਹਾਂ US ਦੇ ਵਿੱਚ, ਆਪਣੀਆਂ ਕਾਫੀ ਜਿਹੜੀਆਂ ਉਹਦੇ 'ਚ ਲੈਕ ਆਫ ਐਜੂਕੇਸ਼ਨ, ਲੈਕ ਆਫ ਨੌਲੇਜ, ਲੈਕ ਆਫ ਕਮਿਊਨਿਟੀ ਰਿਲੇਸ਼ਨਸ, ਉਹ ਕਾਫੀ ਜਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਸਟਰਗਲ ਕਰਨੀ ਪੈਂਦੀ ਆ। ਸੋ ਅਸੀਂ ਉਹਨੂੰ ਸਾਰੇ ਨੂੰ ਸੋਚ ਕੇ ਜਿਹੜਾ ਪਲੇਟਫਾਰਮ ਸ਼ੁਰੂ ਕੀਤਾ,
कि जिहड़ा एक शिकागो पीज़ा विद ट्विस्ट फ्रेंचाइज नैटवर्क आ ਉਹ ਇੱਕ ਕੱਲਾ ਬਿਜ਼ਨਸ 'ਤੇ ਫੋਕਸ ਨਹੀਂ ਕਰਦਾ, ਇਹ ਕਮਿਊਨਿਟੀ ਨੂੰ ਇੱਕ ਪਲੇਟਫਾਰਮ 'ਤੇ ਲਿਆ ਕੇ ਇਕੱਠੇ ਕਰਨ ਦੀ ਟਰਾਈ ਕਰਦਾ। ਇਹ ਬੱਚਿਆਂ ਨੂੰ ਜੋਬ ਆਪਰਚੁਨਿਟੀ, ਸਾਡਾ ਸਕੋਲਰਸ਼ਿਪ ਪ੍ਰੋਗਰਾਮ ਜਿਹੜਾ ਅਸੀਂ ਲਾਂਚ ਕਰਨ ਜਾ ਰਹੇ ਹਾਂ ਉਹ ਵੀ ਆ ਰਿਹਾ ਹੈ, ਬੜੀ ਛੇਤੀ ਜਿਹੜਾ ਅਸੀਂ ਇੰਟਰੋਡਿਊਸ ਕਰਾਵਾਂਗੇ। ਅਤੇ ਬਾਕੀ ਅਸੀਂ ਬਿਜ਼ਨਸ ਦੇ ਵਿੱਚ ਜਿਹੜੇ ਗਰੋਥ ਕਰਨ ਵਾਲੇ ਆਪਣੇ ਯੂਥ ਆ ਜਾਂ ਕੋਈ ਵੀ ਆ, ਉਹਨਾਂ ਨੂੰ ਓਪਨ ਆਪਰਚੁਨਿਟੀ ਦਿੰਦੇ ਹਾਂ। ਸਟੋਰ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਐਜ਼ ਅ ਬਿਜ਼ਨਸ ਓਨਰ ਜਿਹੜੇ ਲੈ ਕੇ ਆਉਂਦੇ, ਜਿੱਦਾਂ ਹੈਪੀ ਮਾਂਗਟ 5 ਸਾਲ ਪਹਿਲਾਂ ਇਹਨੇ ਸਾਡੇ ਨਾਲ ਸਾਰਿਆਂ ਨੂੰ ਪਹਿਲਾਂ ਕੰਮ ਸ਼ੁਰੂ ਕੀਤਾ ਸੀ। ਸੋ ਟੁਡੇ ਹੀ ਇਜ਼ ਅ ਨੈਸ਼ਨਲ ਟ੍ਰੇਨਰ ਫਰੋਮ ਆਰ ਫਰੈਂਚਾਈ ਐਂਡ ਹੀ ਆਲਸੋ ਓਨ ਅ ਲੋਕੇਸ਼ਨ। ਸੋ ਅੱਗੇ ਵੀ ਇਹਨਾਂ ਕੋਲ ਆਪਰਚੁਨਿਟੀ ਆ, ਟੈਰੀਟਰੀ ਆਪਰਚੁਨਿਟੀ ਆ, ਡਿਵੈਲਪਮੈਂਟ ਆਪਰਚੁਨਿਟੀ ਆ। ਸੋ ਜਿੰਨਾ ਵੀ ਆਪਣਾ ਯੂਥ ਆ ਉਹਨੂੰ ਅਸੀਂ ਵਧੀਆ ਪਲੇਟਫਾਰਮ ਜਿਹੜਾ ਦੇ ਰਹੇ ਹਾਂ, ਅਤੇ ਉਹ ਸਾਰੇ ਟੀਮ ਵਰਕ ਕਰਕੇ ਅੱਗੇ ਗਰੋ ਕਰਨ। ਅਤੇ ਅੰਦਰ ਕਾਫੀ ਸਾਰਾ ਯੂਥ ਮੌਜੂਦ ਹੈ ਜੋ ਕਿ ਐਜ਼ ਐਨ ਸਟਾਫ ਇੰਪਲੋਈ ਹਾਇਰਡ ਹੋਇਆ, ਉਹਨਾਂ ਦੀ ਕੀ ਹੁਣ ਐਕਸਾਈਟਮੈਂਟ ਲੈਵਲ ਹੈ ਉਹ ਵੀ ਜਾਣਾਂਗੇ, ਔਰ ਉਹਨਾਂ ਨੂੰ ਕਿਵੇਂ ਫੀਲ ਹੁੰਦਾ ਸ਼ਿਕਾਗੋ ਪੀਜ਼ਾ ਦੇ ਨਾਲ ਜੁੜ ਕੇ ਔਰ ਕੰਮ ਕਰਕੇ, ਐਂਡ ਆਫਕੋਰਸ ਦੇ ਆਰ ਗੈਟਿੰਗ ਅ ਸੈਲਰੀ, ਸੋ ਉਹਨਾਂ ਦੀ ਫੀਲਿੰਗ ਕੀ ਹੈ? ਲੈਟਸ ਹੈਵ ਦਿਸ ਕੁਐਸਚਨ ਫਰੋਮ ਦੈਮ ਆਫਟਰ ਦਿਸ ਸ਼ਾਰਟ ਬ੍ਰੇਕ। ਘਰ ਦੇ ਵਿੱਚ ਪੀਜ਼ਾ ਤਾਂ ਆਖਿਰਕਾਰ ਬੱਚਿਆਂ ਨੇ ਹੀ ਔਡਰ ਕਰਨਾ, ਲੇਕਿਨ ਉਹ ਕਿਹੜੇ ਕਿਹੜੇ ਫਲੇਵਰਸ ਪਸੰਦ ਕਰਦੇ ਹਨ ਔਰ ਸਭ ਤੋਂ ਜ਼ਿਆਦਾ ਉਹਨਾਂ ਦਾ ਫੇਵਰੇਟ ਪੀਜ਼ਾ ਕਿਹੜਾ, ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਗ੍ਰੈਂਡ ਓਪਨਿੰਗ ਦੇ ਵਿੱਚ ਫਲੋਰਲ ਪਾਰਕ ਨਿਊਯਾਰਕ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਇਸ ਫਰੈਂਚਾਈਜ਼ੀ ਦੇ ਵਿੱਚ ਕਾਫੀ ਸਾਰੇ ਬੱਚੇ ਵੀ ਪਹੁੰਚੇ ਹਨ, ਸਟੂਡੈਂਟਸ ਹਨ ਔਰ ਫੈਮਿਲੀ ਫਰੈਂਡਸ ਉਹਨਾਂ ਦੇ ਬੱਚੇ ਹਨ। ਕੀ ਜਾਣਨਾ ਚਾਹੁੰਦੇ ਹਨ ਔਰ ਕੀ ਉਹ ਖਾਣਾ ਪਸੰਦ ਕਰਦੇ ਉਹਨਾਂ ਜਾਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬੱਚੇ ਨੇ, My name is Jaspreet. I've been trying Chicago pizza for a while now. I've tried a bunch of flavors. I think my favorite has to be the veggie with paneer and the white sauce, so definitely try it out. We have a new opening in Floral Park. A lot of people used to ask us to open it closer home, so we definitely did, and I hope you guys try it out. So do you think load sigi Floral Park de vich? Yeah, I mean lagda bahut load si kyunki itthe bahut Punjabi log hai, jithe Richmond Hill de vich vi Punjabiyan da ਪੰਜਾਬੀਆਂ ਦੀ ਜਗ੍ਹਾ ਆ ਹੈਗੀ ਆ, ਪਰ ਇੱਥੇ ਵੀ ਹੈਗੀ ਆ, ਅਤੇ ਇੱਥੇ ਦੂਜੇ ਹੈਗੇ ਪੀਜ਼ਾ ਹਟ, ਪਾਪਾ ਜਾਨਸ ਇੱਦਾਂ ਦੇ, ਪਰ ਇਸ ਤਰ੍ਹਾਂ ਦਾ ਕੋਈ ਹੈ ਨਹੀਂ। ਸੋ ਮੈਨੂੰ ਲੱਗਦਾ ਕਿ ਅਲੱਗ ਤਰ੍ਹਾਂ ਲੈ ਕੇ ਲੋਕਾਂ ਨੂੰ ਪਸੰਦ ਲੱਗਦਾ। ਆਈ ਥਿੰਕ ਦੇ ਗੋਨਾ ਲਾਈਕ ਇਟ ਅ ਲੋਟ। ਪਾਪਾ ਜਾਨਸ ਔਰ ਇਸ ਸ਼ਿਕਾਗੋ ਪੀਜ਼ਾ ਦੇ ਵਿੱਚ ਕੀ ਡਿਫਰੈਂਸ ਤੁਹਾਨੂੰ ਲੱਗਦਾ? ਦ ਬਿਗੇਸਟ ਡਿਫਰੈਂਸ ਇਸ ਇੱਥੇ ਪੰਜਾਬੀਆਂ ਦਾ ਜ਼ਿਆਦਾ ਮਿਲਦਾ, ਪਨੀਰ ਵਾਲੀ ਟੋਪਿੰਗ ਵੀ ਮਿਲ ਜਾਂਦੀ, ਪਾਪਾ ਜਾਨਸ ਤੋਂ ਪਨੀਰ ਵਾਲੀ ਨਹੀਂ ਮਿਲਦੀ। ਸੋ ਦੈਟਸ ਦ ਬਿਗੇਸਟ ਥਿੰਗ, ਲਾਈਕ ਆਈ ਲਵ ਪਨੀਰ, ਸੋ ਲਾਈਕ ਦੈਟ ਵਾਸ ਵਨ ਆਫ ਦ ਬਿਗੇਸਟ ਮੂਵਸ। ਤੁਹਾਨੂੰ ਕਿਹੜਾ ਪਸੰਦ ਆ? ਚੀਜ਼ ਪੀਜ਼ਾ। ਕੀ ਇੱਥੇ ਤੁਹਾਨੂੰ ਡਿਫਰੈਂਸ ਲੱਗਦਾ ਹੈ ਜਿਹੜੀ ਹੋਰ ਫਰੈਂਚਾਈਜ਼ੀ ਹਨ ਇਸ ਫਰੈਂਚਾਈਜ਼ੀ ਤੋਂ? It's taste of home, because you can find like Italian pizza anywhere, but Indian pizza is like, I feel like it brings you back closer to your culture. So ਜਸਪ੍ਰੀਤ ਕੁਲਦੀਪ ਪਾਜੀ ਹੋਰਾਂ ਦੇ ਡਾਟਰ ਹਨ, ਉਹ ਕਿੰਨਾ ਪ੍ਰਾਊਡ ਫੀਲ ਕਰਦੇ ਹਨ ਅੱਜ ਉਹਨਾਂ ਦੇ ਡੈਡ ਨੇ ਫਰੈਂਚਾਈਜ਼ੀ ਜਿਹੜੀ ਆ ਉਹ ਲਿੱਤੀ ਆ ਫਲੋਰਲ ਪਾਰਕ ਦੇ ਵਿੱਚ? ਸੋ ਹਾਊ ਮੱਚ ਪ੍ਰਾਊਡ ਯੂ ਫੀਲ ਫੋਰ ਯੂਰ ਡੈਡ? I'm actually very proud. We never imagined we would come this far, opening 2 locations of Chicago Pizza, and there's definitely more to come. So we really look forward ki tusi sare jane aao te pizza khao te sada try karo. What do you have to say about this outlet and this franchise, Chicago Pizza? It's really good. I've been to Chicago and it's got a nice deep crust, interesting toppings. It's really good. Which one are you having right now? I don't know. It was one of the I can tell them because I know now this is a chicken tikka pizza. All right. You like the fusion? Yeah, I do. I do like it. Pizza bahut vadhiya lagge. Can I try kitna? Asi veggie pizza try. Vegetarian ala si ga, paneer paya hoya si, bahut tasty banaya. ਇਹਦੇ ਵਿੱਚ ਜਿਹੜਾ ਫਲੇਵਰ ਆਇਆ ਥੋੜ੍ਹੇ ਸਪਾਈਸਿਸ ਦਾ ਟੱਚ ਹੈਗਾ, ਅਤੇ ਇਸ ਕਰਕੇ ਉਹ ਜ਼ਿਆਦਾ ਵਧੀਆ ਲੱਗਿਆ ਹੈ, ਉਹ ਥੋੜ੍ਹੇ ਬਲੈਂਡ ਲੱਗਦੇ ਨੇ ਸਾਨੂੰ। ਪਨੀਰ ਪੀਜ਼ਾ ਖਾਧਾ, ਕਿਵੇਂ ਲੱਗਿਆ? ਬਹੁਤ ਸਵਾਦ ਹੈ, ਹਾਂ ਬਹੁਤ ਟੇਸਟੀ ਹੈ, ਘਰ ਵਾਲੇ ਜਿੱਦਾਂ ਰੋਟੀ ਹੁੰਦੀ ਇੱਦਾਂ ਦਾ ਬਹੁਤ ਵਧੀਆ ਪਿਆ। ਆਈ ਹੈਡ ਅ ਬਟਰ ਚਿਕਨ, ਇਟਸ ਵੈਰੀ ਗੁੱਡ, ਵੈਰੀ ਸੌਫਟ, ਮੈਲਟਸ ਇਨ ਯੋਰ ਮਾਊਥ, ਇਟਸ ਵੈਰੀ ਗੁੱਡ, ਮਸਟ ਟਰਾਈ, ਡਿਫਰੈਂਟ ਟੇਸਟ ਹੈ। ਸੋ ਜਿਵੇਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਸ਼ਿਕਾਗੋ ਪੀਜ਼ਾ ਬਾਰੇ, ਹੁਣ ਸ਼ਿਕਾਗੋ ਪੀਜ਼ਾ ਕੈਲੀਫੋਰਨੀਆ ਤੋਂ ਨਿਕਲ ਕੇ ਈਸਟ ਕੋਸਟ ਪਹੁੰਚੀ, ਅਮੈਰੀਕਾ ਦੇ ਵਿੱਚ ਮੱਲਾ ਮਾਰ ਰਹੀ ਹੈ, ਹੁਣ ਕੈਨੇਡਾ ਵੀ ਪਹੁੰਚ ਰਹੀ ਹੈ। ਸਪੈਸ਼ਲੀ ਇੱਥੋਂ ਬ੍ਰੈਂਪਟਨ ਤੋਂ ਕੁਝ ਸ਼ਾਹ ਜੀ ਦੇ ਰਿਲੇਟਿਵਸ ਆਏ ਹੋਏ ਹਨ ਜੋ ਕਿ ਪਲੈਨਿੰਗ ਕਰ ਰਹੇ ਹਨ ਕੈਨੇਡਾ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਇਸ ਫਰੈਂਚਾਈਜ਼ੀ ਨੂੰ ਲੈਣ ਦੀ। ਉਹਨਾਂ ਨੂੰ ਇੱਥੇ ਕੀ ਆ ਕੇ ਸਭ ਤੋਂ ਵੱਡੀ ਖਾਸੀਅਤ ਲੱਗੀ ਇਸ ਫਰੈਂਚਾਈਜ਼ੀ ਦੀ, ਐਂਡ ਕਿੰਨੇ ਐਕਸਾਈਟਡ ਨੇ ਉਹ ਇਸ ਫਰੈਂਚਾਈਜ਼ੀ ਦੇ ਲਈ? ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਨਾਂ ਤੁਹਾਡਾ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਜਿੰਦਰ ਸਿੰਘ ਢਿੱਲੋਂ ਆ, ਮੈਂ ਬ੍ਰੈਂਪਟਨ ਤੋਂ ਰਹਿਣ ਵਾਲਾ। ਸਾਨੂੰ ਇਹ ਇੱਥੇ ਆ ਕੇ ਇੱਕ ਵੱਖਰਾ ਜਿਹਾ ਟੇਸਟ ਅਤੇ ਵੱਖਰਾ ਜਿਹਾ ਫੂਡ ਮਿਲਿਆ ਆ, ਬਿਲਕੁਲ ਹੀ ਡਿਫਰੈਂਟ, ਟੋਟਲੀ ਡਿਫਰੈਂਟ। ਹਾਂਜੀ, ਕੀ ਖਾਸ ਲੱਗਿਆ ਇਹਦੇ ਵਿੱਚ?
ਇਹ ਇੰਨਾ ਲਾਈਟਲੀ ਲੱਗਦਾ, ਕੋਈ ਉਹ ਕੋਈ ਆਇਲ ਨਹੀਂ ਹੈਗਾ ਇਹਦੇ 'ਚ, ਕੁਛ ਨਹੀਂ ਹੈ, ਅਤੇ ਇੰਨਾ ਲਾਈਟ ਫੂਡ ਹੈ ਕਿ ਈਜ਼ੀਲੀ ਹਜ਼ਮ ਹੋ ਜਾਂਦਾ, ਸਾਨੂੰ ਲੱਗਿਆ ਨਹੀਂ ਕਿ ਆਪਾਂ 5-6 ਸਲਾਈਸਾਂ ਖਾ ਗਏ ਹਾਂ। ਅਤੇ ਕਦ ਤੱਕ ਪੈਰਿੰਗ ਹੈ ਉੱਥੇ ਖੋਲਣ ਦੀ? ਸਾਡੇ ਇਸੇ ਈਅਰ 'ਚ, ਵਾਹਿਗੁਰੂ ਕਿਰਪਾ ਕਰੇ, ਇਸੇ ਈਅਰ 'ਚ ਐਂਡ ਤੱਕ ਆਪਾਂ ਸ਼ੁਰੂ ਕਰਾਂਗੇ ਉੱਥੇ। ਅਤੇ ਸ਼ਾਹ ਜੀ ਹੁਣ ਤਾਂ ਕੈਨੇਡਾ ਜਾਂਦੇ ਵੀ ਲੱਗਦਾ, ਤੁਹਾਡੀ ਵੀ ਤਿਆਰੀ ਹੋ ਰਹੀ ਹੈ ਨਾਲ ਨਾਲ? ਮੈਂ ਨਾ ਜੀ, ਅਸੀਂ ਤਾਂ ਬਹੁਤ ਤਿਆਰੀ, ਇੱਥੇ ਵੀ ਆ, ਉੱਥੇ ਵੀ ਸਾਡੇ ਤਕੜੇ ਭਰਾ ਹੈ, ਖੋਲ੍ਹਣ ਹੋ ਕੇ ਵਪਾਰ ਇਹ ਬਹੁਤ ਜ਼ਿਆਦਾ ਐਕਸਾਈਟਡ ਨੇ। ਇਹ ਪਹਿਲਾਂ ਅਸੀਂ ਇਹ ਬ੍ਰਦਰ ਲਾਏ ਹੁਣ ਆਏ ਨੇ, ਅਤੇ ਬਾਕੀ ਆ ਵੀ ਵੈਰੀ ਸੂਨ ਅਪ੍ਰੈਲ 'ਚ ਜਾ ਰਹੇ ਹਾਂ ਉਹਦੇ, ਅਤੇ ਅਪ੍ਰੈਲ ਦੇ ਵਿੱਚ ਲੋਕੇਸ਼ਨ ਫਾਈਂਡ ਆਊਟ ਕਰਕੇ ਉੱਥੋਂ ਬ੍ਰੈਂਪਟਨ 'ਚ ਸ਼ੁਰੂ ਕਰ ਰਹੇ ਹਾਂ। ਚਲੋ ਜੀ, ਹੁਣ ਸਾਨੂੰ ਵੀ ਜਾਣ ਦਾ ਮੌਕਾ ਮਿਲੇਗਾ ਕੈਨੇਡਾ, ਅਸੀਂ ਵੀ ਜਾ ਕੇ ਉਸ ਲੋਕੇਸ਼ਨ ਦੀ ਕੀ ਖਾਸੀਅਤ ਹੈਗੀ ਉਹ ਵੀ ਜਾ ਕੇ ਆਪਾਂ ਜ਼ਰੂਰ ਤੁਹਾਨੂੰ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਦੱਸਾਂਗੇ। ਲੇਕਿਨ ਭਾਅ ਜੀ ਸਪੈਸ਼ਲੀ ਇੱਥੇ ਪਹੁੰਚੇ ਨੇ ਔਰ ਇਹਨਾਂ ਨੂੰ ਵਧੀਆ ਲੱਗਿਆ ਸ਼ਿਕਾਗੋ ਪੀਜ਼ਾ, ਤਾਂ ਹੁਣ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸ਼ਿਕਾਗੋ ਪੀਜ਼ਾ ਫਰੈਂਚਾਈਜ਼ੀ ਪ੍ਰੋਗਰੈਸਿਵ ਹੁੰਦੀ ਜਾ ਰਹੀ ਹੈ। ਵਾਸ਼ਿੰਗਟਨ DC ਵਰਜੀਨੀਆ ਦੀ ਟੀਮ ਵੀ ਇੱਥੇ ਪਹੁੰਚੀ ਹੋਈ ਹੈ ਗ੍ਰੈਂਡ ਓਪਨਿੰਗ ਦੇ ਵਿੱਚ ਇਸ ਫਰੈਂਚਾਈਜ਼ੀ ਨੂੰ ਸਪੋਰਟ ਕਰਨ ਦੇ ਲਈ। ਸੰਧੂ ਭਾਅ ਜੀ ਮੇਰੇ ਨਾਲ ਮੌਜੂਦ ਨੇ, ਔਲਖ ਭਾਅ ਜੀ ਮੇਰੇ ਨਾਲ ਮੌਜੂਦ ਨੇ, ਦੋਨੋਂ ਇੱਥੋਂ ਵਰਜੀਨੀਆ ਤੋਂ ਪਹੁੰਚੇ ਹਨ ਜੋ ਕਿ ਉਸ ਏਰੀਆ ਦੇ ਫੇਸ ਹਨ। ਸੋ ਈਸਟ ਕੋਸਟ ਦੇ ਵਿੱਚ ਹੁਣ ਜਿਵੇਂ ਮੱਲਾ ਮਾਰ ਰਹੀ ਹੈ ਫਰੈਂਚਾਈਜ਼ੀ ਅੱਜ ਫਲੋਰਲ ਪਾਰਕ ਦੀ ਲੋਕੇਸ਼ਨ ਦੇ ਲਈ, ਸਭ ਤੋਂ ਪਹਿਲਾਂ ਔਲਖ ਭਾਅ ਜੀ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਮੈਂ ਸਵੇਰ ਤੋਂ ਵੇਖ ਰਿਹਾ ਇੱਥੇ ਰੌਣਕਾਂ ਲੱਗੀਆਂ ਹੋਈਆਂ ਜੀ, ਅਤੇ ਮਹਾਰਾਜ ਦੀ ਕਿਰਪਾ ਨਾਲ ਇਹ ਭਾਅ ਜੀ ਹੋਣਾ ਦੀ, ਲੰਬਰਦਾਰ ਭਾਅ ਜੀ ਹੋਣਾ ਦੀ, ਸ਼ਾਹ ਭਾਅ ਜੀ ਹੋਣਾ ਦੀ, ਕੁਲਦੀਪ ਭਾਅ ਜੀ ਹੋਣਾ ਦੀ ਸੈਂਕਿੰਡ ਲੋਕੇਸ਼ਨ ਆ ਜੀ। ਤੁਸੀਂ ਵੇਖ ਹੀ ਰਹੇ ਹੋ ਇੱਥੇ ਦਾ ਨਜ਼ਾਰਾ, ਲੋਕ ਆਨੰਦ ਮਾਣ ਰਹੇ ਨੇ, ਵੱਖੋ ਵੱਖ ਪੀਜ਼ਾ, ਕੋਈ ਵੈਜੀਟੇਰੀਅਨ ਦਾ ਸ਼ੌਕੀਨ ਆ, ਕੋਈ ਚਿਕਨ ਦਾ ਸ਼ੌਕੀਨ ਆ ਜੀ, ਅਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ। ਹਰ ਵੀਕ ਦੇ ਵਿੱਚ ਆਪਣਾ ਕਿਤੇ ਨਾ ਕਿਤੇ ਇੱਕ ਅੱਧਾ ਸਟੋਰ, ਮਹੀਨੇ ਦੇ ਦੋ ਦੋ ਸਟੋਰ ਜਿਹੜੇ ਆ ਓਪਨ ਹੋਣ ਜਾਣ ਰਹੇ ਆ, ਕਿਉਂਕਿ ਕਨਸੈਪਟ ਹੀ ਇੰਨਾ ਕੁ ਵਧੀਆ ਆ। ਫਿਰ ਇੰਨੀ ਮਤਲਬ ਕਿ ਤੁਹਾਨੂੰ ਥੋੜ੍ਹੀ ਤੋਂ ਥੋੜ੍ਹੇ ਵੀ ਤੁਸੀਂ ਇਨਵੈਸਟਮੈਂਟ ਕਰਕੇ ਅਤੇ ਤੁਸੀਂ ਆਪਣੇ ਸਟੋਰ ਖੋਲ੍ਹ ਸਕਦੇ ਹੋ। ਸੋ ਇਹਦਾ ਮੇਨ, ਜਲਦੀ ਤੋਂ ਜਲਦੀ ਸਟੋਰ ਜਿਹੜੇ ਖੁੱਲ੍ਹ ਰਹੇ ਆ, ਇਹਨਾਂ ਦਾ ਮੇਨ ਇਹੋ ਹੀ ਆ ਕਿ ਇਹਨਾਂ ਦੀ ਜਿਹੜੀ ਆ ਉਹ ਲਾਈਕ ਟੀਮ ਬਹੁਤ ਵਰਕ ਬਹੁਤ ਵਧੀਆ ਹੈਗਾ। ਫਿਰ ਇਹਨਾਂ ਦੀ ਫੈਸਿਲਿਟੀਆਂ ਇੰਨੀਆਂ ਕੁ ਵਧੀਆ ਹੈਗੀਆਂ ਨੇ ਕਿ ਜਿਹੜਾ ਹਰ ਇੱਕ ਬੰਦਾ ਜਿਹੜਾ ਵਾ, ਇੱਕ ਛੋਟੇ ਤੋਂ ਛੋਟਾ ਬੰਦਾ ਜਿਹੜਾ ਵੀ ਆ, ਉਹ ਇਹਨਾਂ ਦੀ ਹੈਲਪ ਲੈ ਕੇ ਅਤੇ ਕਰ ਪੈਂਦਾ, ਮਤਲਬ ਆਪਣਾ ਸਟੋਰ ਖੋਲ੍ਹ ਲੈਂਦਾ। ਸੰਧੂ ਭਾਅ ਜੀ, ਵਾਸ਼ਿੰਗਟਨ DC ਵਰਜੀਨੀਆ ਔਰ ਉਸ ਸਟੇਟ ਦੇ ਵਿੱਚ ਕਿੰਨੀ ਲੋੜ ਆ ਸ਼ਿਕਾਗੋ ਪੀਜ਼ਾ ਦੀ? ਦੇਖੋ ਜੀ, ਉੱਥੇ ਤਾਂ ਸਟੇਟਾਂ ਬਹੁਤ ਵੱਡੀਆਂ ਨੇ, ਲਾਸਟ ਟਾਈਮ ਵੀ ਆਪਣੇ ਨਾਲ ਹੋਈ ਸੀ, ਉੱਥੇ ਘੱਟੋ ਘੱਟ ਵੀ ਸਾਡੇ ਕੋਲ ਜਿਹੜੀ ਕੰਪੈਸਿਟੀ ਹੈਗੀ ਆ ਅਗਲੇ 24 ਸਾਲਾਂ ਦੇ ਵਿੱਚ ਵੀ, ਮਤਲਬ ਕਿ 20 PG ਦੇ ਇਰਦ ਗਿਰਦ ਸਾਡੀ ਹੈਗਾ ਪਲੈਨ ਵੀ ਅਸੀਂ ਖੋਲ੍ਹ ਸਕਦੇ ਹਾਂ। ਬਾਕੀ ਜੀ, ਨਿਊਯਾਰਕ ਟੀਮ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ। ਇੱਥੇ ਬਿਲਕੁਲ ਆਪਣੇ ਪੰਜਾਬ ਵਰਗਾ ਮਾਹੌਲ ਆ, ਲਾਈਵ ਮਿਊਜ਼ਿਕ ਚੱਲਦਾ ਪਿਆ, ਇਹ ਵੱਖਰਾ ਨਿਊਯਾਰਕ ਦਾ ਨਜ਼ਾਰਾ ਹੀ ਵੱਖਰਾ ਜੀ। ਵੇਖ ਕੇ ਬਹੁਤ ਦਿਲ ਖੁਸ਼ ਹੋਇਆ ਜੀ। ਇੱਥੋਂ ਦੀ ਟੀਮ ਨੂੰ ਲੱਖ ਲੱਖ ਵਧਾਈਆਂ, ਸਾਡੇ ਵੱਲੋਂ ਇੱਥੋਂ ਦੇ ਆਡੀਅੰਸ ਨੂੰ ਰਿਕੁਐਸਟ ਆ, ਆਓ ਆ ਕੇ ਪੀਜ਼ਾ ਟਰਾਈ ਕਰੋ ਅਤੇ ਆਨੰਦ ਮਾਣੋ ਜੀ। ਅਤੇ 12 ਲੋਕੇਸ਼ਨਾਂ ਨਿਊ ਜਰਸੀ ਦੇ ਵਿੱਚ ਖੁੱਲ੍ਹਣ ਜਾ ਰਹੀਆਂ ਹਨ, 20 ਲੋਕੇਸ਼ਨਾਂ ਨਿਊਯਾਰਕ ਦੇ ਵਿੱਚ ਖੁੱਲ੍ਹਣ ਜਾ ਰਹੀਆਂ ਹਨ, 15 ਲੋਕੇਸ਼ਨ ਵਾਸ਼ਿੰਗਟਨ DC ਵਰਜੀਨੀਆ ਵਿਖੇ ਖੁੱਲ੍ਹਣ ਜਾ ਰਹੀਆਂ ਹਨ। ਫਿਲਹਾਲ ਅਸੀਂ ਹੈਗੇ ਹਾਂ ਫਲੋਰਲ ਪਾਰਕ ਨਿਊਯਾਰਕ ਵਿਖੇ, ਜਿੱਥੇ ਸ਼ਾਹ ਜੀ, ਕੁਲਦੀਪ, ਮਾਨ ਭਾਅ ਜੀ ਹੋਰੀ ਅਤੇ ਨਾਲ KB ਭਾਅ ਜੀ ਹੋਰੀਆਂ ਨੇ ਜਿਹੜਾ ਇਹ ਅੱਜ ਫਰੈਂਚਾਈਜ਼ੀ ਓਪਨ ਕੀਤੀ ਹੈ ਸੈਕਿੰਡ ਲੋਕੇਸ਼ਨ, ਉਹ ਕਿੰਨੇ ਐਕਸਾਈਟਡ ਨੇ ਹੁਣ। ਫੈਮਿਲੀ ਸਪੋਰਟ ਕਰਨ ਆਈ ਹੋਈ ਹੈ ਉਹਨਾਂ ਦੀ, ਫਰੈਂਡਸ ਇੱਥੇ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਆਏ ਹੋਏ ਹਨ, ਔਰ ਵੱਖ ਵੱਖ ਫਰੈਂਚਾਈਜ਼ੀ ਓਨਰਸ ਉਹਨਾਂ ਨੂੰ ਸਪੋਰਟ ਕਰਨ ਲਈ ਇੱਥੇ ਪਹੁੰਚੇ ਹੋਏ ਹਨ, ਉਹ ਹੁਣ ਕਿੰਨੇ ਐਕਸਾਈਟਡ ਨੇ ਉਹਨਾਂ ਤੋਂ ਗੱਲਬਾਤ ਕਰਦੇ ਹਾਂ। ਅਤੇ ਲਓ ਜੀ, ਬਿਜ਼ਨਸ ਆਫ ਦਾ ਵੀਕ ਦੇ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਹੁਣ ਵਾਰੀ ਹੈ ਜੀ ਸਾਡੇ ਇੱਥੇ ਫਰੈਂਚਾਈਜ਼ੀ ਓਨਰਸ ਦੀ, ਜੋ ਕਿ ਨਿਊਯਾਰਕ ਨੂੰ ਰੀਪ੍ਰਜੈਂਟ ਕਰ ਰਹੇ ਹਨ। ਨਿਊਯਾਰਕ ਦੇ ਵਿੱਚ ਕਿੰਨਾ ਵੱਡਾ ਚੈਲੇਂਜ ਆ ਜਾਂ ਫਿਰ ਨਹੀਂ ਹੈ ਚੈਲੇਂਜ, ਕਿਉਂਕਿ ਇਹ ਐਕਸਪੀਰੀਅੰਸ ਨੇ ਸਾਰੇ ਫਰੈਂਚਾਈਜ਼ੀ ਓਨਰਸ ਇੱਥੇ। ਮਾਨ ਭਾਅ ਜੀ, ਸ਼ਾਹ ਜੀ, ਕੁਲਦੀਪ ਸਿੰਘ ਹੋਰੀ, KB ਭਾਅ ਜੀ ਇੱਥੇ ਮੌਜੂਦ ਨੇ। ਰਿਚਮੰਡ ਹਿੱਲ ਇਹਨਾਂ ਨੇ ਚਲਾਇਆ, 1 ਸਾਲ ਹੋ ਗਿਆ ਲਗਭਗ ਉਸ ਲੋਕੇਸ਼ਨ ਨੂੰ, ਤਾਂ ਇਹਨਾਂ ਨੂੰ ਗਰਾਊਂਡ ਲੈਵਲ 'ਤੇ ਪਤਾ ਹੈ ਕਿ ਕਿਹੜੇ ਕਿਹੜੇ ਚੈਲੇਂਜਸ ਰਹਿੰਦੇ ਹਨ, ਔਰ ਨਿਊਯਾਰਕ ਦੇ ਵਿੱਚ ਕਿਹੜੀ ਕਿਹੜੀ ਲੋਕੇਸ਼ਨਸ ਲੱਗਦਾ ਇਹਨਾਂ ਨੂੰ ਕਿ ਬੈਟਰ ਹੈ ਜਿੱਥੇ ਸ਼ਿਕਾਗੋ ਪੀਜ਼ਾ ਪ੍ਰੋਗਰੈਸਿਵ ਹੋ ਸਕਦਾ ਵਿਦ ਅ ਟਵਿਸਟ। ਸ਼ੁਰੂਆਤ ਕਰਦੇ ਹਾਂ ਸ਼ਾਹ ਜੀ ਹੋਰਾਂ ਨਾਲ। ਭਾਅ ਜੀ, ਸਾਡੀ ਸਾਰੀ ਪਹਿਲੀ ਲੋਕੇਸ਼ਨ ਸੀਗੀ ਰਿਚਮੰਡ ਹਿੱਲ, ਉਸ ਤੋਂ ਅਸੀਂ ਬਹੁਤ 100% ਜਿਹੜੇ ਸੈਟਿਸਫਾਈ ਹਾਂ, ਬਹੁਤ ਵਧੀਆ ਰਿਸਪੋਂਸ ਆ। ਦੂਜੀ ਸੈਕਿੰਡ ਲੋਕੇਸ਼ਨ ਹੈ ਜਿਹੜੀ ਫਲੋਰ ਪਾਰਕ, ਇਸ ਤੋਂ ਵੀ ਬਹੁਤ ਜ਼ਿਆਦਾ ਉਮੀਦ ਕਰਦੇ ਹਾਂ ਕਿ ਅਸੀਂ ਬਹੁਤ ਜ਼ਿਆਦਾ ਉਮੀਦਾਂ ਰੱਖੀਆਂ ਨੇ ਅਤੇ ਕਾਮਯਾਬ ਹੋਵਾਂਗੇ। ਜਿਹੜੀ ਥਰਡ ਲੋਕੇਸ਼ਨ ਆ ਸਾਡੀ, ਉਹ ਹੈਗੀ ਹੇਕਸਵੈਲ, ਅਤੇ ਫੋਰਥ ਲੋਕੇਸ਼ਨ ਸਾਡੀ ਰੌਕਵੇ, ਵੈਲੀ ਸਟ੍ਰੀਮ, ਈਸਟ ਮੀਡੋ ਐਂਡ ਚੈਕਸ਼ਨ ਹਾਈਟ, ਔਰ ਹੋਰ ਵੀ ਬੈਥਪੇਜ ਔਰ ਪਲੇਨ ਵਿਊ ਵੀ ਅਸੀਂ ਮਤਲਬ ਵਰਕਆਊਟ ਕਰ ਰਹੇ ਹਾਂ। ਇਹ ਲੋਕੇਸ਼ਨਾਂ ਪੂਰੀ ਕੋਸ਼ਿਸ਼ ਆ ਵੀ ਅਸੀਂ ਇਸੇ ਸਾਲ ਦੇ ਵਿੱਚ ਮਤਲਬ ਪੂਰੀਆਂ ਮਤਲਬ ਕਾਮਯਾਬੀ ਦੇ ਨਾਲ ਖੋਲ੍ਹਾਂਗੇ ਇਹਨਾਂ ਨੂੰ। ਸ਼ਾਹ ਜੀ, ਬੈਸਟ ਆਫ ਲੱਕ ਕਿ ਤੁਸੀਂ ਜਿਹੜੀ ਲੋਕੇਸ਼ਨ ਦਾ ਨਾਂ ਲਿੱਤਾ, ਤੁਸੀਂ ਗਾਂਹ ਅੱਗੇ ਵੱਧ ਰਹੇ ਹੋ,
प्रोग्रेसिव हो रहा शिकागो पिज़्ज़ा न्यूयॉर्क के कुलदीप जी की लगता थानू कि चैलेंजेस केड़े रहे एक साल के रिचमंड हिल तो शुरुआत की। असी पहली लोकेशन रिचमंड खोली सी, उसने बहुत ज़्यादा कामयाबी बख्शी सानू। सैकंड अज असी खोल ली है फ्लोरो पार्क हिलसाइड एवन्यू ते, ये भी सानू आस है कि बहुत बहुत वधिया हंगारा मिलेगा इस लोकेशन का। When we talk about New York, so do you think Chicago Pizza can be progressive in New York? Of course. ਜਿੱਦਾਂ ਭਾਜੀ ਰਣ ਦੱਸਿਆ ਫਾਈਵ ਬੋਰਸ ਵਿੱਚ ਆੜੇ ਹੀ ਜਾ ਰਹੇ ਹਾਂ। Not only we're going to go outside five boroughs, there's a big market out there, right? Upstate New York, Long Island, deep New York. Our goal is not to just entertain our community. Our goal is kids dusri community nu ida taste pata lage hadi product. We know our product is good. Traditional pizza hamesha red sauce te banda, right? You go anywhere, you get traditional pizza and a red sauce. We got flavors here. People are health conscious nowadays. Apan nu marketing sahi chal rahi hai, franchise is good, our product is good. So our goal is not to just get stuck in five boroughs. We're going to go all the way from New York to Buffalo, upstate. There are so many towns in between. We're going to cover that. Jidda paajin dasa five boroughs apa already target kar chuke hain locations and market is open. So jada vi team sadi join karna chahunda, please do call us. And there are a lot of places where we four of us cannot be there, but you, whoever is watching, want to be part of our team, come join us. ਅਤੇ ਉਹ ਚਾਰ ਇਹ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਨੂੰ ਨਿਊਯਾਰਕ ਦਾ ਤਜ਼ਰਬਾ ਹੈਗਾ, ਅਪ ਸਟੇਟ ਦੇ ਵਿੱਚ ਇਹ ਗਰੋ ਕਰਨਾ ਚਾਹੁੰਦੇ ਹਨ। ਇਫ ਯੂ ਲੁਕਿੰਗ ਫੋਰ ਸਮ ਇਨਵੈਸਟਮੈਂਟ, ਜੇ ਤੁਸੀਂ ਇਨਵੈਸਟਮੈਂਟ ਸੋਚ ਰਹੇ ਹੋ ਤਾਂ ਤੁਸੀਂ ਇਹਨਾਂ ਚਾਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਿਹੜਾ ਨੰਬਰ ਟੀ ਵੀ ਸਕਰੀਨ ਦੇ ਉੱਤੇ ਇਸ ਟਾਈਮ ਚੱਲ ਰਿਹਾ, ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਪ੍ਰੋਫੈਸ਼ਨਲਸ ਨਾਲ ਮਿਲ ਸਕਦੇ ਹੋ। ਮਾਨ ਭਾਜੀ, ਵਟ ਯੂ ਥਿੰਕ? ਮੈਂ ਮਾਨ ਭਾਜੀ ਬਾਰੇ ਦੱਸਦਾ, ਹੀ ਇਜ਼ ਫਰੋਮ ਕੈਲੀਫੋਰਨੀਆ ਬਟ ਹੀ ਇਜ਼ ਆਲਸੋ ਅ ਪਾਰਟ ਆਫ ਦਿਸ ਨਿਊਯਾਰਕ ਟੀਮ। ਅਤੇ ਨਿਊਯਾਰਕ ਦੇ ਵਿੱਚ ਜੇ ਮੱਲਾਂ ਮਾਰ ਲਈਆਂ, ਹੁਣ ਨਿਊਯਾਰਕ ਦੇ ਵਿੱਚ ਤੁਹਾਨੂੰ ਕਿਵੇਂ ਪ੍ਰੋਗਰੈਸਿਵ ਲੱਗਦਾ ਵੈਨ ਯੂ ਹੈਵ ਦ ਸੈਕਿੰਡ ਲੋਕੇਸ਼ਨ ਫਲੋਰਲ ਪਾਰਕ? ਭਾਜੀ, ਇਹ ਤਾਂ ਜਦੋਂ ਆਪਾਂ ਪਹਿਲੀ ਖੋਲ੍ਹਣੀ ਸੀਗੀ ਉਦੋਂ ਲੱਗਦਾ ਸੀਗਾ ਵੀ ਕਿੱਦਾਂ ਹੋਊਗਾ, ਹੈ ਨਾ? ਜਦੋਂ ਅਸੀਂ ਔਲਰੇਡੀ ਰਿਚਮੈਂਡ ਹਲ ਖੋਲ੍ਹ ਰਹੀ ਆ ਅਤੇ ਸਾਨੂੰ ਪਤਾ ਆ ਔਲਰੇਡੀ ਵੀ ਕੀ ਅੱਗੇ ਹੋਣਾ ਆ, ਕਿੱਦਾਂ ਦਾ ਸਾਡਾ ਸਕੋਪ ਆ। ਅਤੇ ਆਪਾਂ ਹੁਣ ਫਲੋਰਲ ਪਾਰਕ ਖੋਲ੍ਹੀ ਆ, ਨੈਕਸਟ ਸਾਡਾ ਹੈਗਾ ਟਾਰਗੇਟ ਹੈਕਸਵੈਲ। ਸੋ ਬੇਸਿਕਲੀ ਥੋੜ੍ਹਾ ਜਿਹਾ ਲੋਕਾਂ ਨੂੰ ਇਹ ਵੀ ਲੱਗਦਾ ਵੀ ਇੰਡੀਅਨ ਟੱਚ ਹੀ ਹੈਗਾ, ਇੰਡੀਅਨ ਤਾਂ ਜਿਹੜਾ ਹੈਗਾ ਉਹ ਸਿਰਫ ਨਾਲ ਐਡ ਔਨ ਆ, ਬਾਕੀ ਹੋਰ ਵੀ ਜਿਹੜਾ ਅਮੈਰੀਕਨ ਆ ਜਾਂ ਮਤਲਬ ਜਿਹੜੇ ਚੱਲਦੇ ਆ ਨਾ ਉਹ ਵੀ ਸਾਡੇ ਕੋਲ ਹੈਗੇ ਆ। ਮਤਲਬ ਦਿਮਾਗ 'ਚ ਇਹ ਨਹੀਂ ਆਉਣਾ ਚਾਹੀਦਾ ਵੀ ਜਸਟ ਇੰਡੀਅਨ ਹੀ ਆ ਸਾਡੇ ਕੋਲ, ਮਤਲਬ ਟੋਟਲ ਟ੍ਰੈਡੀਸ਼ਨਲ ਸਾਰਾ ਕੁਝ ਅਵੇਲੇਬਲ ਆ। ਬਾਕੀ ਜਿਹੜੇ ਭਾਅ ਜੀ ਕਹਿ ਰਹੇ ਆ ਵੀ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਹੁਣ ਨੈਕਸਟ ਲੋਕੇਸ਼ਨ ਚੂਜ਼ ਕਰਨ ਦੇ ਵਿੱਚ ਕੋਈ ਦਿੱਕਤ ਆਊਗੀ, ਕਿਉਂਕਿ ਮੈਂ ਰਾਈਟ ਨਾਓ ਲਿਵ ਇਨ ਸੈਕਰਾਮੈਂਟੋ, ਦੇਰ ਇਜ਼ ਆਲਰੇਡੀ ਫਾਈਵ ਲੋਕੇਸ਼ਨ ਇਨ ਸੈਕਰਾਮੈਂਟੋ। ਇਫ ਯੂ ਕੰਪੇਅਰਿੰਗ ਨਿਊਯਾਰਕ ਅਤੇ ਸੈਕਰਾਮੈਂਟੋ ਦੇ ਵਿੱਚ ਨਾਲ ਹੀ, ਅਤੇ ਨਿਊਯਾਰਕ ਦੇ ਵਿੱਚ ਤਾਂ ਤੁਸੀਂ ਐਵਰੀ ਫੋਰ ਮਾਈਲ ਅਤੇ ਫਾਈਵ ਮਾਈਲ 'ਤੇ ਵੀ ਖੋਲ੍ਹ ਲਓ ਤਾਂ ਆਈ ਡੋਨਟ ਨੋ ਹਾਊ ਮੈਨੀ ਲੋਕੇਸ਼ਨਸ ਤੁਸੀਂ ਖੋਲ੍ਹ ਸਕਦੇ ਆ। ਭਾਅ ਜੀ, ਇੱਕ ਮੈਂ ਸਵਾਲ ਦਾ ਹੋਰ ਜਵਾਬ ਦੇ ਦਿਓ। ਇਫ ਸੰਬਡੀ ਇਜ਼ ਲੁਕਿੰਗ ਫੋਰ ਇਨਵੈਸਟਮੈਂਟ ਇਨ ਨਿਊਯਾਰਕ, and obviously gala you guys are professional and you know about in and outs of the Chicago Pizza, tonu pata hai Chicago Pizza de sare andar diyan gallan nu, te je kar koi invest karna chahunda hai, tade naal judna chahunda hai, he want to become a part of your team, te ode layi ki eligibility hai? Ode bhaji apna legal process hunda that we need to follow, we go through the application process, oh fir apna streamline karke franchise nu bhejde hain, the final decision come from California because they are the owners, they are going to say investor era financially, you know, and interested to run the business. We just don't want to bring people and join our team who are not into it, right? If you want to be a successful, you got to be into that product. So we know our product is good, jehda koi banda ko join karna chahunda, there's a screening process hai, we're going to follow that. Fund ek passe hai, apan finance vi karde hai, not only apna banking option vi hai, you got to get 25% down and the rest of bank give you the loans and as well, but there's a screening process like any other franchise, as the Pizza Hut ho gayi, Papa's ho gayi, any other franchise, Burger King, there's a legal process we follow. But like I said, Punjabi community apan sare desi hai, nu bhaji ne launch kita California, to sada screening process very ਸੌਖਾ, ਜਿਹਨੂੰ ਕਹਿ ਲਈਦਾ ਨਾ, ਇਸ ਵਾਰੀ ਸੌਖਾ। ਹਾਂਜੀ, ਅਤੇ ਆਪਾਂ ਇੱਥੇ ਜਾਂਦੇ ਜਾਂਦੇ ਇੱਕ ਅਖੀਰਲਾ ਸਵਾਲ ਹੋਰ ਲੈ ਲਈਏ ਕਿ ਆਪਾਂ ਸ਼ਿਕਾਗੋ ਪੀਜ਼ਾ ਨੂੰ ਸਿਰਫ ਪੰਜਾਬੀਆਂ ਦਾ ਹੀ ਟੇਸਟ ਮੰਨੀਏ ਜਾਂ ਫਿਰ ਇਹਨੂੰ ਸਿਰਫ ਪੰਜਾਬੀ ਤੱਕ ਹੀ ਸੀਮਿਤ ਕਰਕੇ ਰੱਖੀਏ? ਕੁਲਦੀਪ ਭਾਅ ਜੀ, ਕੀ ਲੱਗਦਾ ਤੁਹਾਨੂੰ? ਨਹੀਂ ਭਾਅ ਜੀ,
ਜਿਹੜਾ ਸਿਰਫ ਇੱਕ ਪੰਜਾਬੀਆਂ ਵਾਸਤੇ ਇਕੱਲਿਆਂ ਵਾਸਤੇ ਨਹੀਂ ਟੇਸਟ, ਇਹ ਹਰ ਇੱਕ ਕਮਿਊਨਿਟੀ ਵਾਸਤੇ ਹੀ ਟੇਸਟ ਹੈਗਾ, ਇਹਦੇ ਵਾਈਟ ਪੀਪਲਾਂ ਲਈ ਵੀ ਹੈਗਾ ਆ, ਆਪਣੇ ਜਿਹੜੇ ਹੈਗੇ ਆ ਮੁਸਲਮਾਨ ਭਾਈ ਆ ਉਹਨਾਂ ਵਾਸਤੇ ਵੀ ਹੈਗਾ ਆ, ਇਹਨੇ ਸਾਰੀ ਕਮਿਊਨਿਟੀਆਂ ਵਾਸਤੇ ਹੀ ਹੈਗਾ, ਕੋਈ ਵੀ ਚੀਜ਼ ਵੀ ਜਾਂ ਤਾਂ ਸਾਰੇ ਕੰਟਰੀਆਂ ਲਈ ਖਾਂਦੇ ਨੇ, ਅਤੇ ਜਿਹੜਾ ਹੈਗਾ ਆ ਆਪਣੇ ਪਾਕਿਸਤਾਨੀ ਲਾਲ ਵੀ ਪਿਓਰ 100% ਲਾਲ ਵੀ ਆਪਣੇ ਕੋਲ ਹੈਗਾ ਆ, ਇਸ ਲਈ ਕਿ ਸਾਰੀ ਨਿਊਯਾਰਕ ਦੀ ਜਿੰਨੀ ਕਮਿਊਨਿਟੀਆਂ ਹੈਗੀਆਂ ਸਾਰਿਆਂ ਵਾਸਤੇ ਇਸ ਬਲਿਆ ਵਿੱਚ। ਚਲੋ ਜੀ, ਇਹ ਸੀਗੀ ਸ਼ਿਕਾਗੋ ਪੀਜ਼ਾ ਨਿਊਯਾਰਕ ਦੀ ਉਹ ਟੀਮ ਜਿਨ੍ਹਾਂ ਨੇ ਫਲੋਰਲ ਪਾਰਕ ਦੇ ਵਿੱਚ ਆਪਣੀ ਸੈਕਿੰਡ ਲੋਕੇਸ਼ਨ ਖੋਲ੍ਹੀ ਹੈ, ਔਰ ਅੱਜ ਇਸ ਗ੍ਰੈਂਡ ਓਪਨਿੰਗ ਦੇ ਵਿੱਚ ਇਹਨਾਂ ਨੂੰ ਸਪੋਰਟ ਕਰਨ ਦੇ ਲਈ ਵੱਖ ਵੱਖ ਫਰੈਂਚਾਈਜ਼ੀ ਓਨਰਸ ਵੱਖ ਵੱਖ ਸਟੇਟਾਂ ਤੋਂ ਇੱਥੇ ਪਹੁੰਚੇ, ਇਹਨਾਂ ਦੇ ਫੈਮਿਲੀ ਫਰੈਂਡਸ ਇੱਥੇ ਪਹੁੰਚੇ, ਉਹਨਾਂ ਨੇ ਆਨੰਦ ਮਾਣਿਆ ਸ਼ਿਕਾਗੋ ਪੀਜ਼ਾ ਦਾ, ਭਾਵੇਂ ਪੀਜ਼ਾ ਵੈੱਜ ਹੋਵੇ ਭਾਵੇਂ ਪੀਜ਼ਾ ਨੋਨ ਵੈੱਜ ਹੋਵੇ। ਜੇਕਰ ਤੁਸੀਂ ਵੀ ਕਰ ਰਹੇ ਹੋ ਗ੍ਰੈਂਡ ਓਪਨਿੰਗ ਆਪਣੇ ਬਿਜ਼ਨਸ ਦੀ, ਜਾਂ ਫਿਰ ਤੁਸੀਂ ਕਰ ਰਹੇ ਹੋ ਸ਼ਿਕਾਗੋ ਪੀਜ਼ਾ ਦੀ ਗ੍ਰੈਂਡ ਓਪਨਿੰਗ, ਯੂ ਕੈਨ ਮੇਲ ਮੀ, ਵੀ ਵਿਲ ਕਮ ਟੂ ਯੂ, ਐਂਡ ਤੁਹਾਡੇ ਕੋਲ ਆ ਕੇ ਵੀ ਅਸੀਂ ਬਿਜ਼ਨਸ ਆਫ ਦਾ ਵੀਕ ਕਰਾਂਗੇ। ਇਨਫੋ ਐਟ ਜਸਟ ਬ੍ਰੋਡਕਾਸਟਿੰਗ .com, ਹਰਕੀਰਤ ਐਟ ਜਸਟ ਬ੍ਰੋਡਕਾਸਟਿੰਗ .com ਦੇ ਉੱਤੇ ਤੁਸੀਂ ਲਿਖ ਕੇ ਸਾਨੂੰ ਭੇਜ ਸਕਦੇ ਹੋ, ਆਵਾਂਗੇ ਤੁਹਾਡੇ ਸ਼ਹਿਰ ਔਰ ਕਰਾਂਗੇ ਬਿਜ਼ਨਸ ਆਫ ਦਾ ਵੀਕ। ਲੇਕਿਨ ਅੱਜ ਫਲੋਰਲ ਪਾਰਕ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਦੇ ਵਿੱਚ ਜਾਂਦੇ ਜਾਂਦੇ ਸਾਰੇ ਆਪਾਂ ਇੱਕ ਵਾਰੀ ਜ਼ਰੂਰ ਜ਼ੋਰ ਦੇ ਨਾਲ ਬੋਲਾਂਗੇ ਸ਼ਿਕਾਗੋ ਪੀਜ਼ਾ। ਸੋ ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਵਿਦ ਸੁਖਦੀਪ ਸੰਘਾ, ਜਸ ਪੰਜਾਬੀ ਦੇ ਲਈ।